ਮਿਤੀ 1 ਅਗਸਤ ਤੋਂ ਸਿੱਖ ਸਦਭਾਵਨਾ ਦਲ ਦੇ ਵੱਲੋਂ ਵਿਰਾਸਤੀ ਇਮਾਰਤਾਂ ਨੂੰ ਬਚਾਉਣ ਦੇ ਲਈ ਲਾਈਵ ਮੋਰਚੇ ਵਿੱਚ ਮਿਤੀ ਦਿਨੀ ਭਾਈ ਬਲਦੇਵ ਸਿੰਘ ਬੜਾਲਾ ਸਾਥੀ ਸਿੰਘਾਂ ਦੇ ਨਾਲ ਹੈਰੀਟੇਜ ਸਟਰੀਟ ਵਿਖੇ ਮਾਰਚ ਕੱਢਣ ਲਈ ਪਹੁੰਚੇ। ਇਹਨਾਂ ਵਿਰਾਸਤੀ ਇਮਾਰਤਾਂ ਤੇ ਸ੍ਰੀ ਗੁਰੂ ਰਾਮਦਾਸ ਸਰਾਂ ਨੂੰ ਬਚਾਉਣ ਲਈ ਹੋਕਾ ਦਿੱਤਾ ਅਤੇ ਵੱਖ ਵੱਖ ਸਿੱਖ ਜਥੇਬੰਦੀਆਂ ਨੂੰ ਅਗਾਂਹ ਆ ਕੇ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਭਾਈ ਬਲਦੇਵ ਸਿੰਘ ਬੜਾਲਾ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਤੇ ਕਾਰ ਸੇਵਾ ਸੰਪਰਦਾਏ ਬਾਬਾ ਕਸ਼ਮੀਰ ਸਿੰਘ ਪੂਰੀਵਾਲਾ ਦੇ ਵੱਲੋਂ SDM ਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਬਾਵਜੂਦ ਵੀ ਤੜਾਤੜ ਉਸਾਰੀ ਕੀਤੀ ਜਾ ਰਹੀ ਹੈ। ਖੁਦਾਈ ਮੌਕੇ ਮਿਲਿਆ ਇਹਨਾਂ ਵਿਰਾਸਤੀ ਧਰੋਹਰਾਂ ਅਤੇ ਸ੍ਰੀ ਗੁਰੂ ਰਾਮਦਾਸ ਸਰਾਂ ਨੂੰ ਬਚਾਉਣ ਲਈ ਜੇਕਰ ਅਸੀਂ ਆਵਾਜ਼ ਉਠਾ ਰਹੇ ਹਾਂ ਤਾਂ ਸਾਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਵੱਲੋਂ ਖਦੇੜਿਆ ਜਾਂਦਾ ਹੈ। ਜਿਸ ਦੇ ਲਈ ਅਸੀਂ ਸਾਰੀਆਂ ਹੀ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਅੱਜ ਲੋੜ ਹੈ ਕਿ ਇਕੱਠੇ ਹੋਣ ਦੀ, ਇਹਨਾਂ ਵਿਰਾਸਤਾਂ ਨੂੰ ਬਚਾਉਣ ਦੀ। ਇਸ ਲਈ ਸਾਰੀਆਂ ਸੰਸਥਾਵਾਂ ਦਾ ਸਹਿਯੋਗ ਦੇਣਾ ਬਣਦਾ ਹੈ। ਜੇਕਰ ਅਸੀਂ ਅੱਜ ਵੀ ਮੌਕਾ ਨਾ ਸੰਭਾਲਿਆ ਤਾਂ ਇਹਨਾਂ ਨਿਰੈਣੂ ਮਹਾਨਤਾ ਦੇ ਵੱਲੋਂ ਰਾਤ ਦੇ ਹਨੇਰੇ ਵਿੱਚ ਹੀ ਨਵੀਆਂ ਉਸਾਰੀਆਂ ਕਰਕੇ ਸਭ ਵਿਰਾਸਤਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਰਾਸਤ ਬਚਾਉਣ ਲਈ ਅਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਮ 'ਤੇ ਬਣੀ ਸਰਾਂ ਬਚਾਉਣ ਲਈ ਜੋ ਉਪਰਾਲੇ ਆਰੰਭੇ ਗਏ ਸਨ ਸਿੱਖ ਜਥੇਬੰਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਿੱਖ ਸਦਭਾਵਨਾ ਦਲ ਵੱਲੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੋਕਾ ਦਿੰਦਿਆਂ ਅੱਜ ਸਾਨੂੰ ਗੁਰਪ੍ਰੀਤ ਸਿੰਘ ਜੀ ਜਿਹੜੇ ਇੱਥੇ DC ਨੇ ਅੰਮ੍ਰਿਤਸਰ ਸਾਹਿਬ ਦੇ ਜਾਂ ਹੋਰ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਭਰੋਸਾ ਦਵਾਇਆ ਗਿਆ ਕਿ ਇਹ ਸਰਾਂ ਅਸੀਂ ਜਿਹੜੀ ਆ ਤੁਹਾਡੇ ਨਾਲ ਸਹਿਮਤ ਹਾਂ ਨਹੀਂ ਢਹਿਣ ਦੇਵਾਂਗੇ, ਕਿਉਂਕਿ ਇਹਦੇ ਨਾਲ 1000 ਕਰੋੜ ਦਾ ਮੁਕੱਦਮਾ ਜਿਹੜਾ 1984 ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰ 'ਤੇ ਕੀਤਾ ਗਿਆ ਸੀ ਉਸ ਮੁਕੱਦਮੇ ਨਾਲ ਸੰਬੰਧਿਤ ਇਹ ਸਰਾਂ ਹੈ। ਇਹ ਅੱਜ ਉਹ 32,000 ਕਰੋੜ ਬਣਦਾ ਹੈ, ਇਸ ਲਈ ਇਹਨੂੰ ਛੇੜਿਆ ਨਹੀਂ ਜਾ ਸਕਦਾ, ਭਰੋਸਾ ਦਵਾਇਆ ਗਿਆ ਹੈ। ਔਰ ਆਸ ਕਰਦੇ ਹਾਂ ਕਿ ਇਹ ਸਰਾਂ ਜ਼ਰੂਰ ਬਚਾਈ ਜਾਏਗੀ, ਇਹਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ। ਦੂਸਰੀ ਗੱਲ, ਵਿਰਾਸਤ ਜਿਹੜੀ ਨਿਕਲੀ ਸੀ ਉਹ ਤਾਂ ਉਹਨੂੰ ਜਿਉਂ ਦਾ ਤਿਉਂ ਉਹਨਾਂ ਨੇ ਰੱਖ ਦਿੱਤਾ, ਕਿਉਂਕਿ ਸਾਡੇ ਵੱਲੋਂ ਜਿਹੜੀਆਂ ਅਸੀਂ ਉਹ ਲੈਟਰਾਂ ਦਿੱਤੀਆਂ ਸਨ ਉਹਦੇ ਮੁਤਾਬਕ ਉਹ ਵਿਰਾਸਤੀ ਵਿਭਾਗ ਵੱਲੋਂ ਵੀ ਕਹਿ ਦਿੱਤਾ ਗਿਆ ਇਹਨੂੰ ਜਿਉਂ ਦਾ ਤਿਉਂ ਰੱਖਿਆ ਜਾਊ। ਹੁਣ ਇੱਥੋਂ ਦੇ DC ਸਾਹਿਬ ਜਾਂ ਹੋਰ ਵੀ ਕਹਿ ਰਹੇ ਨੇ ਜਿਉਂ ਦਾ ਤਿਉਂ ਰੱਖਿਆ ਜਾਊ, ਪਰ ਅਸੀਂ ਕਹਿਣਾ ਚਾਹੁੰਦੇ ਹਾਂ ਜਿਹੜਾ ਉੱਥੇ ਜੰਗੀ ਪੱਧਰ 'ਤੇ ਕੰਮ ਚਲਾ ਕੇ ਉਸ ਵਿਰਾਸਤ ਨੂੰ ਥੱਲੇ ਦੱਬ ਕੇ ਉੱਥੇ ਮੰਜ਼ਲਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ, ਅਸੀਂ ਮੰਜ਼ਲਾਂ ਦੇ ਵਿਰੋਧੀ ਨਹੀਂ, ਖੜੀਆਂ ਕਰੋ, ਪਰ ਉਦੋਂ ਪਹਿਲਾਂ ਤੁਸੀਂ ਇਸ ਕੰਮ ਨੂੰ ਰੋਕ ਕੇ ਵਿਰਾਸਤ ਨੂੰ ਕੱਢ ਕੇ ਸੰਗਤਾਂ ਲਈ ਖੋਲ੍ਹ ਕੇ ਦੇ ਦਿਓ, ਰਾਹ ਬਣਾ ਕੇ ਸੰਗਤ ਦਰਸ਼ਨ ਕਰੇ। ਆਹ ਜਿਹੜਾ ਕਾਰਜ ਤੁਸੀਂ ਕਰ ਰਹੇ ਹੋ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ, ਅਸੀਂ ਤੁਹਾਡੇ ਨਾਲ ਜਿੰਨੀ ਲੇਟ ਹੋਊਗੀ ਕੱਢਣ ਲਈ ਤਿਆਰ ਹਾਂ, ਅਸੀਂ ਸੇਵਾ ਵੀ ਕਰਾਂਗੇ, ਅਸੀਂ ਹੋਰ ਵੀ ਸਮਾਵਾਂ ਕਰ ਸਕਦੇ ਹਾਂ, ਕਿਉਂਕਿ ਅਸੀਂ ਕੋਈ ਵਿਰੋਧੀ ਨਹੀਂ, ਪਰ ਧਾੜਵੀਆਂ ਵਾਂਗੂ ਦਿਨ ਰਾਤ ਇੱਕ ਕਰਕੇ ਉਹਨੂੰ ਤੁਸੀਂ ਜਿਹੜੀ ਉਹ ਸਾਰੀ ਗੈਰ ਕਾਨੂੰਨੀ ਢੰਗ ਨਾਲ ਚੋਰਾਂ ਵਾਂਗੂ ਕਰ ਰਹੇ ਹੋ, ਇਹ ਗੱਲ ਕੋਈ ਚੰਗੀ ਗੱਲ ਨਹੀਂ। ਇਹ ਫਿਰ ਨਿਰੈਣੂ ਮਹੰਤ ਹੋਣ ਦੇ ਜਿਹੜਾ ਲੇਵਲ ਤੁਹਾਡੇ 'ਤੇ ਲਾ ਰਹੀ ਹੈ, ਮਰਜ਼ੀ ਤੁਹਾਡੀ ਹੈ। ਉਹਨਾਂ ਨੇ ਰਾਤ ਦੇ ਹਨੇਰਿਆਂ 'ਚ ਸਿੱਖ ਵਿਰਾਸਤਾਂ ਨੂੰ ਹੂੰਜ ਕੇ ਸੁੱਟਣਾ ਹੈ, ਗੈਰ ਕਾਨੂੰਨੀ ਢੰਗ ਨਾਲ ਇਮਾਰਤਾਂ ਮਨ ਮਰਜ਼ੀ ਦੀਆਂ ਖੜੀਆਂ ਕਰਨੀਆਂ ਨੇ, ਨਿਰੈਣੂ ਮਹੰਤ ਬਣਨਾ ਹੈ ਜਾਂ ਸ਼ਹੀਦ ਭਾਈ ਲਛਮਣ ਸਿੰਘ ਦੇ ਵਾਰਸ ਬਣ ਕੇ ਪੁਰਾਣੀਆਂ ਵਿਰਾਸਤਾਂ ਨੂੰ ਸਾਂਭਣਾ ਹੈ, ਅਤੇ ਜਿਹੜੀਆਂ ਨਵੀਆਂ ਨੇ ਉਹ ਵੀ ਪੁਰਾਣੀਆਂ ਇਮਾਰਤਾਂ ਦੀ ਦੇਖ ਦੀਆਂ ਬਣਾ ਕੇ ਸੰਗਤ ਦੇ ਸਾਹਮਣੇ ਪੇਸ਼ ਕਰਨੀਆਂ ਨੇ। ਇਹ ਤੁਹਾਡੀ ਮਰਜ਼ੀ ਹੈ, ਅਸੀਂ ਹੋਕਾ ਦੇ ਰਹੇ ਹਾਂ, ਪਰ ਜੇ ਤੁਸੀਂ ਨਾ ਸੁਧਰੇ, ਨਾਲ ਇਹ ਵੀ ਗੱਲ ਕਰਦੇ ਹਾਂ ਜਿੱਥੇ ਅਸੀਂ ਜਾ ਕੇ ਰੋਕਾਂਗੇ ਅਸੀਂ ਝੁਕੇ ਨਹੀਂ, ਵਿਕੇ ਨਹੀਂ, ਡਰੇ ਨਹੀਂ, ਅਸੀਂ ਰੁਕੇ ਨਹੀਂ, ਅਸੀਂ ਜਾਵਾਂਗੇ, ਕਿਉਂਕਿ ਤੁਸੀਂ ਅਜੇ ਰੁਕ ਨਹੀਂ ਰਹੇ। ਉਦੋਂ ਬਾਅਦ ਜੇ ਸੰਤਾ ਸਿੰਘ ਸਰਕਾਰੀ ਵੱਲੋਂ ਬਣਾਇਆ ਹੋਇਆ ਅਕਾਲ ਤਖ਼ਤ ਢਾ ਕੇ ਦੁਬਾਰਾ ਬਣਾਇਆ ਜਾਂਦਾ ਹੈ, ਅਤੇ ਫਿਰ ਇਹ ਬਾਬੇ ਭੂਰੀ ਵਾਲੇ ਕਸ਼ਮੀਰ ਸਿੰਘ ਦੀਆਂ ਬਣੀਆਂ ਇਮਾਰਤਾਂ ਨੂੰ ਲਾਂਭੇ ਕਰਕੇ ਗੁਰੂ ਪੰਥ ਜਿਹੜੀ ਨਾਨਕ ਸ਼ਾਹੀ ਇੱਟ ਹੂੰਜ ਕੇ ਬਾਹਰ ਸੁੱਟੀ ਹੈ ਉਹ ਦੁਬਾਰਾ ਲਿਆ ਕੇ ਇੱਥੇ ਫਿਰ ਉਹੀ ਪੁਰਾਣੀਆਂ ਵਿਰਾਸਤਾਂ ਦੀ ਤਰ੍ਹਾਂ ਨਵੀਆਂ ਉਸਾਰੀਆਂ ਕੀਤੀਆਂ ਜਾਣਗੀਆਂ। ਫਿਰ ਇਹ ਵੀ ਅਸੀਂ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਆਓ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹਿੱਸਾ ਬਣੋ, ਤਾਂ ਜੋ ਇਹ ਨਿਰੈਣੂ ਕੋੜਮੇ ਤੋਂ ਗੁਰੂ ਕੀਆਂ ਵਿਰਾਸਤਾਂ ਬਚਾਈਆਂ ਜਾ ਸਕਣ, ਔਰ 328 ਸਰੂਪ ਜਿਹੜੇ ਮਹਾਰਾਜ ਜੀ ਦੇ ਇਹਨਾਂ ਨੇ ਚੋਰੀ ਵੇਚੇ ਨੇ ਉਹਨਾਂ ਦਾ ਇਨਸਾਫ ਲਿਆ ਜਾਏ। ਸੰਗਤ ਜੀ, 9 ਮਹੀਨੇ ਹੋ ਗਏ ਬੈਠਿਆਂ ਨੂੰ, ਅਸੀਂ ਭਾਵੇਂ 9 ਸਾਲ ਬੈਠੇ ਰਹੀਏ ਪਰ ਤੁਹਾਡੇ ਆਇਆਂ ਤੋਂ ਬਿਨਾਂ ਸਫਲਤਾ ਨਹੀਂ ਹੋਣੀ। ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ, ਇੱਕ ਅੱਧਾ ਦਿਨ ਵੇਖ ਲਓ, ਨਹੀਂ ਕਿਸੇ ਪਾਸੇ ਗੱਲ ਲੱਗਦੀ, ਆਪਣੇ ਆਪਣੇ ਇਲਾਕਿਆਂ 'ਚੋਂ
ਭਾਵੇਂ ਯਾਰਾਂ ਦੇ ਜਥੇ ਅਤੇ ਭਾਵੇਂ 1100 ਦੇ ਜਥੇ ਬਣਾ ਕੇ ਆਪ ਜਾ ਕੇ ਫਿਰ ਰੁਕੋ ਔਰ ਉਹਦੇ ਨੁਕਸਾਨ ਜਿਹੜੇ ਹੋਣਗੇ ਉਹਦੇ ਲਈ ਫਿਰ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਔਰ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਾ ਉਹਦੇ ਚੇਲੇ ਜਿਹੜੇ ਧੱਕੇ ਮਾਰਦੇ ਨੇ ਮੋਬਾਈਲ ਖੋਹਦੇ ਨੇ ਅਤੇ ਸ਼੍ਰੋਮਣੀ ਕਮੇਟੀ ਅਤੇ ਕਾਬਜ ਨਰੈਣੂ ਕੋੜਮਾ ਜਿਨ੍ਹਾਂ ਮੀਡੀਆ ਵਾਲੇ ਭਰਾਵਾਂ ਦੇ ਕੈਮਰੇ ਤੋੜ ਸੁੱਟੇ ਕਿਸੇ ਦੇ ਮੋਬਾਈਲ ਖੋਲ੍ਹੇ ਕਿਸੇ ਨੂੰ ਧੱਕੇ ਮਾਰੇ ਕਿਸੇ ਨੂੰ ਵਕਾਊ ਕਹਿ ਕੇ ਉੱਥੋਂ ਡਾਂਗ ਫੇਰਨ ਦੇ ਡਰ ਵੀ ਪਾਏ ਗਏ ਇਹ ਨਰੈਣੂ ਕੋੜਮੇ ਤੋਂ ਸੁਚੇਤ ਹੋਣ ਲਈ ਵੀ ਅਪੀਲ ਕਰਦੇ ਹੈ ਆਓ ਸਿੱਖ ਨੀਤੀ ਲਿਆਈਏ ਰਾਜਨੀਤਿਕ ਭਜਾਈਏ ਪੰਥ ਰੁਸ਼ਨਾਈਏ ਨਰੈਣੂ ਭਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।